ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਜ਼ਰੂਰਤਾਂ ਨੂੰ ਜੀ ਆਇਆਂ ਨੂੰ ਚੰਡੀਗੜ੍ਹ ਆਉਣ ਵਾਲੇ ਸਾਵਧਾਨ ਕਿਉਂਕਿ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ਿਰਕਤ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਾਲਮ ਤੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦਿੱਲੀ ਸ਼ਿਮਲਾ ਤੇ ਪਟਿਆਲਾ ਰੋਡ ਵੱਲੋਂ ਚੰਡੀਗੜ੍ਹ ਆਉਣ ਜਾਣ ਵਾਲਿਆਂ ਲਈ ਖੁਸ਼ ਖਬਰੀ ਹੈ ਹੁਣ ਸੜਕਾਂ ਉੱਪਰ ਲੰਮੇ ਜਾਮ ਨਹੀਂ ਲੱਗਣਗੇ ਤੁਸੀਂ ਸ਼ਹਿਰ ਦੇ ਵਿੱਚ ਆਵਾਜਾਈ ਦੀ ਸਮੱਸਿਆ ਦਾ ਸੁਚਾਰੂ ਹੱਲ ਕੱਢਣ ਲਈ ਤ੍ਰਿਬੀਨ ਚੌਂਗ ਤੋਂ ਜ਼ੇਰ ਕਪੂਰ ਤੱਕ ਸੜਕ ਨੂੰ ਚੋੜਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਮੁੱਖ ਸੜਕ ਦੇ ਨਾਲ ਲੱਗਦੇ ਸਰਵਿਸ ਲੇਨ ਤੇ ਕਈ ਕ ਟ੍ਰੈਕ ਵੀ ਚੌੜਾ ਕਰ ਦਿੱਤਾ ਜਾਏਗਾ ਹਾਸਲ ਜਾਣਕਾਰੀ ਮੁਤਾਬਕ ਐਸਲੀ ਯੂਟੀ ਪ੍ਰਸ਼ਾਸਨ ਨੇ ਇੰਜੀਨੀਅਰਿੰਗ ਵਿਭਾਗ ਦੇ ਟੈਂਡਰ ਵੀ ਜਾਰੀ ਕੀਤੇ ਨੇ ਜਿਸ ਦਾ ਕੰਮ ਅਗਲੇ ਮਹੀਨੇ ਸ਼ੁਰੂ ਹੋਣ ਦੀ ਸੰਭਾਵਨਾ ਹੈ ਸਰਵਿਸ ਲੇਨ ਤੇ ਸਿਰਫ ਦੋ ਪਹੀਆ ਵਾਹਨ ਜ ਐਮਰਜੈਂਸੀ ਵਾਹਨ ਚੱਲ ਸਕਦੇ ਨੇ ਇੰਜੀਨੀਅਰਿੰਗ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹੱਲੋ ਮਾਜ਼ਰਾ ਤੋਂ ਜ਼ਿਰਕਪੁਰ ਤੱਕ 4 ਕਿਲੋਮੀਟਰ ਸੜਕ ਦੀ ਚੌੜਾਈ 150 ਫੁੱਟ ਹੈ ਜਿਸ ਨੂੰ ਵਧਾ ਕੇ 200 ਫੁੱਟ ਕੀਤਾ ਜਾਏਗਾ ਇਸ ਤਰ੍ਹਾਂ ਹੱਲੋ ਮਾਜ਼ਰਾ ਚੌਕ ਤੇ ਜ਼ਿਰਕਪੁਰ ਤੱਕ ਮੁੱਖ ਸੜਕ ਤੇ ਨਾਲ ਬੜੀ ਸਰਵਿਸ ਲੇਨ ਦੀ ਚੌੜਾਈ 16 ਫੁੱਟ ਤੋਂ ਵਧਾ ਕੇ 24 ਫੁੱਟ ਕੀਤੀ ਜਾਵੇਗੀ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ